ਬਜਟ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਸੁਪਰੀਮ ਕੋਰਟ ਤੋਂ ਮਿਲ ਗਈ ਨਾਲ ਦੀ ਨਾਲ ਕਹਿ ਦਿੱਤਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵੀ ਪਾਬੰਦ ਹੋਣਗੇ ਜਾਣਕਾਰੀ ਦੇਣ ਵਾਸਤੇ ਨਾਲ ਦੀ ਨਾਲ ਰਾਜਪਾਲ ਵੀ ਪਾਬੰਦ ਹੋਣਗੇ ਬਜਟ ਸੈਸ਼ਨ ਬੁਲਾਉਣ ਦੇ ਕਿਵੇਂ ਦੇਖਦੇ ਮੈਂ ਸਮਝਦਾ ਵੀ ਇਹਦੇ ਨਾਲ ਆ ਜਿਹੜਾ ਲੋਕਤੰਤਰ ਆ ਉਹ ਮਜ਼ਬੂਤ ਹੋਇਆ ਉਹ ਵੱਡੀ ਗੱਲ ਪੰਜਾਬ ਦੇ ਲੋਕ ਦੇਖ ਰਿਹਾ ਕਿ ਸਾਨੂੰ ਬਜਟ ਦੇ ਵਿੱਚ ਕੀ ਕੁਝ ਮਿਲੂਗਾ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਇਸ ਬਜਟ ਦੇ ਵਿੱਚੋਂ ਮਿਲਣ ਵਾਲੀ ਹੈ ਕੋਈ ਕੋਈ ਫਾਇਦਾ ਪੰਜਾਬ ਦੇ ਲੋਕਾਂ ਦਾ ਹੋਣ ਵਾਲਾ ਪੰਜਾਬ ਦੇ ਲੋਕ ਜੀ ਇੰਨੇ ਖੁਸ਼ ਨੇ ਮਾਨਯੋਗ ਅਰਵਿੰਦ ਕੇਜਲ ਦੇ ਮਾਡਲ ਤੋਂ ਭਗਵਾਨ ਜੀ ਮਾਹ ਤੋਂ ਐਨੇ ਖੁਸ਼ ਨੇ ਮੈਂ ਜਰ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੱਕ ਇੱਟਾ ਇਮਾਨਦਾਰ ਮੁੱਖ ਮੰਤਰੀ ਦੇਖ ਰਿਹਾ ਔਰਤਾਂ ਨੂੰ ਲੈ ਕੇ ਇੱਕ ਵਾਦਾ ਕੀਤਾ ਸੀਗਾ ਔਰਤਾਂ ਨੂੰ 1000 ਰੁਪਏ ਦੇਣ ਦਾ ਉਹ ਬੜਾ ਇੰਤਜ਼ਾਰ ਹੋਊਗਾ ਲੱਗਦਾ ਕਿ ਇਸ ਬਜਟ ਦੇ ਵਿੱਚ ਤੁਸੀਂ ਰੱਖਣ ਜਾ ਰਹੇ ਕੋਈ ਪ੍ਰਾਵਧਾਨ ਕਿ ਔਰਤਾਂ ਨੂੰ 1000 1000 ਰੁਪਏ ਮਿਲ ਜੇ ਦੇਖੋ ਜੀ ਮੈਂ ਕਿਹੜਾ ਇਕੱਲੇ ਇਸ ਬਜਟ ਸੈਸ਼ਨ ਦੇ ਵਿੱਚ ਤੇ ਮੈਂ ਕਹਣਾ ਵੀ ਜਿਹੜੀਆਂ ਸਕੀਮਾਂ ਜਿੰਨੇ ਵੀ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸੀ ਇਕੱਲੀ-ਇਕੱਲੀ ਗੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਇਹ ਕਹਿੰਦੇ ਉਂਗਲਾ ਤੇ ਇੱਕ ਨੀਂ ਹੋਈ ਹੈ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਬਜਟ ਸੈਸ਼ਨ ਬੁਲਾਇਆ ਜਾਊਗਾ ਜਿਸ ਤੋਂ ਬਾਅਦ ਆਪਾਂ ਕੀ ਹੈ ਕਿ ਤਲਖ ਟਿੱਪਣੀਆਂ ਵੀ ਹੋਈਆਂ ਤੇ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਆਦੇਸ਼ ਵੀ ਜਾਰੀ ਕਰ ਦਿੱਤੇ ਕਿ ਰਾਜਪਾਲ ਪਾਬੰਦ ਹੋਣਗੇ ਬਜਟ ਸੈਸ਼ਨ ਬੁਲਾਉਣ ਵਾਸਤੇ ਦੇ ਨਾਲ ਦੀ ਨਾਲ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵੀ ਪਬੰਧ ਹੋਣਗੇ ਗਵਰਨਰ ਨੂੰ ਜਾਣਕਾਰੀ ਦੇਣ ਦੇ। ਕੁਲਵੰਤ ਪੰਡੋਰੀ ਵਿਧਾਇਕ ਆਮ ਆਦੀ ਪਾਰਟੀ ਦੇ ਮੇਰੇ ਨਾਲ ਮੌਜੂਦਾ ਗੱਲਬਾਤ ਕਰ ਲੈਨੇ ਹਾਂ। ਪੰਡੋਰੀ ਸਾਹਿਬ ਸਵਾਗਤ ਹੈ ਬਹੁਤ-ਬਹੁਤ। ਧੰਨਵਾਦ ਜੀ, ਧੰਨਵਾਦ। ਬਜਟ ਸੈਸ਼ਨ ਬੁਲਾਉਣ ਦੀ ਮਨਜ਼ੂਰੀ ਸੁਪਰੀਮ ਕੋਰਟ ਤੋਂ ਮਿਲ ਗਈ। ਨਾਲ ਦੀ ਨਾਲ ਕਹਿ ਦਿੱਤਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵੀ ਪਬੰਧ ਹੋਣਗੇ ਜਾਣਕਾਰੀ ਦੇਣ ਵਾਸਤੇ ਨਾਲ ਦੀ ਨਾਲ ਰਾਜਪਾਲ ਵੀ ਪਬੰਧ ਹੋਣਗੇ ਬਜਟ ਸੈਸ਼ਨ ਬੁਲਾਉਣ ਦੇ ਕਿਵੇਂ ਦੇਖਦੇ ਹੋ? ਮੈਂ ਸਮਝਦਾ ਵੀ ਇਹਦੇ ਨਾਲ ਜਿਹੜਾ ਲੋਕਤੰਤਰ ਆ ਉਹ ਮਜ਼ਬੂਤ ਹੋਇਆ। ਜੋ ਮਾਨ ਜੋ ਸੁਪਰੀਮ ਕੋਰਟ ਨੇ ਤੇ ਸੈਸ਼ਨ ਬਣਾਉਣ ਦਾ ਜੋ ਇਹ ਕਿਹਾ ਹੈਗਾ ਪੰਜਾਬ ਸਰਕਾਰ ਨੂੰ ਇਹਦਾਂ ਬਹੁਤ ਲੋਕਤੰਤਰ ਮਜ਼ਬੂਤ ਹੋਇਆ ਦੇਖੋ ਲੋਕਾਂ ਦੇ ਦੁਆਰਾ ਜਿਹੜਾ ਚੁਣੀ ਜਾਂਦੀ ਸਰਕਾਰ ਹੈ ਤੇ ਲੋਕਾਂ ਦੀ ਦੇਖੋ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤੇ ਉਹ ਬਹੁਤ ਮਜ਼ਬੂਤ ਹੋਈਆਂ ਨੇ ਇਸੇ ਧੰਨਵਾਦ ਕਰਦੇ ਆ ਮੈਂ ਇਹ ਵੀ ਤੁਹਾਨੂੰ ਯਕੀਨ ਦਿਵਾਉਣਾ ਵੀ ਇਹ ਸੈਸ਼ਨ ਆ ਜਿਹੜਾ ਵੀ ਕਾਫੀ ਲੰਮਾ ਹੋਣ ਜਾ ਰਿਹਾ ਪਹਿਲੀ ਵਾਰ ਹੀ ਹੋਊਗਾ ਪਹਿਲਾਂ ਮੈਂ ਦੇਖਿਆ ਵੀ ਪਿਛਲੇ ਟਰਨ ਦੇ ਵਿੱਚ ਸੈਸ਼ਨ ਹੁੰਦਾ ਸੀਗਾ 2 ਦਿਨ ਦਾ 3 ਦਿਨ ਦਾ ਹੋਰ ਇਦਾਂ ਦੇ ਇਹੀ ਇਤਿਕੇ ਕਾਫੀ ਲੰਮਾ ਸੈਸ਼ਨ ਹੋਊਗਾ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਜੇ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਮੈਂਬਰ ਐਮਐਲਏ ਜਿਹੜੇ ਜਿੱਤ ਕੇ ਆਉਣਗੇ ਜਿੱਤ ਕੇ ਆਏ ਨੇਗੇ ਉਹ ਸਾਰਿਆਂ ਨੂੰ ਬੱਧੂ ਸਮਾਂ ਮਿਲੂਗਾ ਮੈਂ ਹੋਰ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਸੈਸ਼ਨ ਨੂੰ ਲਾਈਵ ਕੀਤਾ ਪਹਿਲਾਂ ਅਸੀਂ ਪਿਛਲੇ 5 ਸਾਲ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸੀ ਸਾਰੇ ਪ੍ਰੋਦੀਧਰਤ ਹੁੰਦੇ ਸੀ ਜਾਂ ਸੈਸ਼ਨ ਲਾਈਵ ਹੋਣਾ ਚਾਹੀਦਾ ਕਿਉਂਕਿ ਜੇ ਸੈਸ਼ਨ ਲਾਈਵ ਹੋਊਗਾ ਤਾਂ ਸਾਰੇ ਲੋਕਾਂ ਨੂੰ ਜਿਹੜਾ ਨਵੇਂ ਦੇ ਚੁਣ ਕੇ ਆਉਂਦੇ ਨੇਗੇ ਸਾਡੇ ਐਮਐਲਏ ਸਾਹਿਬ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਯਾਰ ਸਾਡਾ ਐਮਐਲਏ ਕੌਣ ਕੀ ਬੋਲਦਾ ਕੋਈ ਸਾਡੀ ਮੰਗ ਠਾਉਂਦਾ ਸਾਡੇ ਸਵਾਲ ਲਾਉਂਦਾ ਇਸ ਕਰਕੇ ਬਹੁਤ ਵੱਡੀ ਗੱਲ ਹੋਈ ਆ ਮੈਂ ਕਹਣਾ ਵੀ ਜਿਹੜੀ ਲਾਈਵ ਸੈਸ਼ਨ ਦੀ ਹੋਈ ਹੈ ਸਭ ਤੋਂ ਵੱਡੀ ਗੱਲ ਪੰਜਾਬ ਦੇ ਲੋਕ ਦੇਖ ਰਿਹਾ ਕਿ ਸਾਨੂੰ ਬਜਟ ਦੇ ਵਿੱਚ ਕੀ ਕੁਝ ਮਿਲੂਗਾ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਇਸ ਬਜਟ ਦੇ ਵਿੱਚੋਂ ਮਿਲਣ ਵਾਲੀ ਹੈ ਕੋਈ ਕੋਈ ਫਾਇਦਾ ਪੰਜਾਬ ਦੇ ਲੋਕਾਂ ਦਾ ਹੋਣ ਵਾਲਾ ਹੈ ਪੰਜਾਬ ਦੇ ਲੋਕ ਜੀ ਇੰਨੇ ਖੁਸ਼ ਨੇ ਮਾਨਜੋਗ ਅਰਵਿੰਦ ਕੇਜਲ ਦੇ ਮਾਡਲ ਤੋਂ ਭਗਵੰਤ ਮਾਨ ਤੋਂ ਇੰਨੇ ਖੁਸ਼ ਨੇ ਮੈਂ ਯਾਰ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇੱਕ ਐਡਾ ਇਮਾਨਦਾਰ ਮੁੱਖ ਮੰਤਰੀ ਦੇਖ ਰਿਹਾ ਉਹਦੇ ਫੈਸਲੇ ਤੋਂ ਸਾਰੇ ਖੁਸ਼ ਨੇ ਕਿ ਕੱਲਾ ਕੱਲਾ ਜਿਹੜਾ ਲੋਕਾਂ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀਗਾ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਕੱਲੇ ਕੱਲੇ ਲਾਗੂ ਹੋ ਰਿਹਾ ਇਰ ਸਿੱਖਾਂ ਦੀ ਇੱਕ ਬਹੁਤ ਵੱਡੀ ਮੰਗ ਸੀ ਬਿਨੰਦ ਮੈਰਜਰ ਐਕਟ ਲਾਗੂ ਹੋਣਾ ਚਾਹੀਦਾ ਅਨੰਦ ਮੈਰਜਰ ਐਕਟ ਲਾਗੂ ਹੋ ਗਿਆ ਤੇ ਲਾਲੋ ਵੀ ਮੈਂ ਸਮਝਦਾ ਵੀ ਕੋਈ ਹਰ 26000 ਦੇ ਕਰੀਬ ਨੌਕਰੀਆਂ ਦੇ ਚੁੱਕੇ ਨੇਗੇ ਹਰ ਰੋਜ਼ ਮੈਨੂੰ ਦੱਸਦਾ ਵੀ ਕੋਈ ਮਹੀਨਾ ਖਾਲੀ ਇਤਿਹਾਸ ਦੇ ਵਿੱਚ ਪਹਿਲੀ ਸਰਕਾਰਾਂ ਵਿੱਚ 75 ਸਾਲ ਹਮਾਂ ਦੇਖ ਰਿਹਾ ਵੀ ਜਿਹੜੀ ਹਰ ਮਹੀਨੇ ਹਰ ਮਹੀਨੇ ਦੇਖੋ ਵੀ ਹਰ ਦਿਨ ਕੋਈ ਨਾ ਕੋਈ ਨੌਕਰੀਆਂ ਦਿੰਦੀ ਹੈ ਨੌਜਵਾਨਾਂ ਨੂੰ ਯਾਰ ਨੌਜ ਬਾਰੇ ਤਰੂ ਵਾਪਸ ਮੈਂ ਕਹਣਾ ਵੀ ਬਾਹਰਲੇ ਮੁਲਕਾਂ ਚ ਵੀ ਵਾਪਸ ਆਟ ਕੇ ਪੰਜਾਬ ਇੱਕ ਇੰਨੀ ਤਰੱਕੀ ਕਰਨ ਜਾ ਰਿਹਾ ਤੇ ਵਧੀਆ ਰੋਡ ਬਣ ਰਹੇ ਨੇਗੇ ਤੇ ਹਰ ਗੱਲ ਦੇ ਵਿੱਚ ਵੀ ਦੇਖੋ ਮਹੱਲਾ ਕਲੀ ਨਗਾਖਾ ਸਾਰੇ ਖੁੱਲ ਚੁੱਕੇ ਨੇਗੇ ਤੇ ਹੁਣ ਸਕੂਲ ਆਫ ਐਵਿਨੈਸ ਉਹ ਵੱਡੇ ਸਕੂਲ ਆ ਜਿਹੜਾ ਤੇ ਕਰੋੜਾਂ ਰੁਪਏ ਲੱਗਣਾ ਤੇ ਉਹਦੇ ਵਿੱਚ ਮੈਂ ਕਹਣਾ ਵੀ ਪ੍ਰਾਈਵੇਟ ਸਕੂਲਾਂ ਨੂੰ ਵਧੀਆ ਸਕੂਲ ਹੋਣਗੇ ਇਸ ਕਰਕੇ ਕੱਲੀ ਡੇ ਬਾਈ ਡੇ ਜਿਹੜੀਆਂ ਸਕੀਮਾਂ ਨੇ ਉਹ ਲਾਗੂ ਹੋਣਗੀਆਂ ਤੇ ਇਹ ਇਹ ਵੀ ਤੁਸੀਂ ਬੇਫਿਕਰ ਲੋਕ ਇੰਨੇ ਖੁਸ਼ ਨੇ ਕਿ ਹੱਦੋਂ ਵੱਧ ਖੁਸ਼ ਨੇ ਲੋਕ ਔਰਤਾਂ ਨੂੰ ਲੈ ਕੇ ਇੱਕ ਵਾਦਾ ਕੀਤਾ ਸੀਗਾ ਔਰਤਾਂ ਨੂੰ 1000 ਰੁਪਏ ਦੇਣ ਦਾ ਉਹ ਬੜਾ ਇੰਤਜ਼ਾਰ ਹੋਊਗਾ ਲੱਗਦਾ ਕਿ ਇਸ ਬਜਟ ਦੇ ਵਿੱਚ ਤੁਸੀਂ ਰੱਖਣ ਜਾ ਰਹੇ ਕੋਈ ਪ੍ਰਾਵਧਨ ਕਿ ਔਰਤਾਂ ਨੂੰ 1000-1000 ਰੁਪਏ ਮਿਲ ਜੇ ਦੇਖੋ ਜੀ ਮੈਂ ਕਿਹੜਾ ਕੱਲੇ ਇਸ ਬਜਟ ਸੈਸ਼ਨ ਦੇ ਵਿੱਚ ਤੇ ਮੈਂ ਕਹਿੰਦਾ ਵੀ ਜਿਹੜੀਆਂ ਸਕੀਮਾਂ ਜਿੰਨੇ ਵੀ ਚੋਣ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਸੀ ਇਕੱਲੀ-ਇਕੱਲੀ ਗੱਲ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਇਹ ਕਹਿੰਦੇ ਉਂਗਲਾਂ ਤੇ ਕਣੀ ਹੋਈ ਹੈ ਉਂਗਲਾਂ ਤੇ ਪਈ ਹੈ ਉਹ ਕੱਲੀ ਕੱਲੀ ਗੱਲ ਨੂੰ ਲਾਗੂ ਕਰ ਰਹੇ ਨੇਗੇ ਲਾਗੂ ਤਾਂ ਹੋ ਰਹੀ ਜੇ ਨੇ ਤਾਂ ਮੰਨਦੇ ਨਾ ਤੁਸੀਂ ਲੋਕ ਵੀ ਮੰਨਦੇ ਨੇ ਇਸ ਗੱਲ ਨੂੰ ਦੇਖੋ ਬਿਜਲੀ ਆਖਿਆ ਸੀਗਾ ਵੀ 600 ਜੰਟ ਫ੍ਰੀ ਦੇਵਾਂਗੇ ਉਧੇ ਰਹੇ ਨੇਗੇ ਜੀ ਮੈਂ ਕਹਣਾ ਵੀ ਸਾਡੇ ਮੈਂ ਪੰਡੋਰੀ ਪਿੰਡ ਦੇ ਵਿੱਚ ਜਾ ਕੇ ਪੁੱਛਿਆ ਕਰੇ ਸਾਡੇ 98% ਲੋਕਾਂ ਨੂੰ ਬੈਲ ਨਹੀਂ ਆਏ ਜੀ ਉੱਥੇ ਆ ਪਿੰਡਾਂ ਦੇ ਵਿੱਚ ਲੋਕ ਤਾਂ ਹੱਦੋਂ ਵੱਧ ਖੁਸ਼ ਨੇਗੇ ਇਸ ਕਰਕੇ ਇਹ ਜਿਹੜੀਆਂ ਕੱਲੀਆਂ ਕੱਲੀਆਂ ਜਿੰਨੀਆਂ ਵੀ ਇਹ ਹੈਗੀਆਂ ਨੇ ਸਕੀਮਾਂ ਇਹ ਜਲਦੀ ਲਾਗੂ ਕੀਤੀਆਂ ਜਾਣਗੀਆਂ ਇਹ ਮਾਨ ਸਾਹਿਬ ਦੇ ਉਂਗਲਾਂ ਤੇ ਛਾਰੀਆਂ ਗੜੀਆਂ ਹੋਈਆਂ ਨੇ ਠੀਕ ਤਾਂ ਐਸਨ ਆਵਾਜ਼ਾ ਇੱਕ ਕਲਮੰਦ ਪੰਡੋਰੀ ਜੋ ਸਿੱਧੇ ਤੌਰ ਤੇ ਕ ਉਂਗਲਾ ਤੇ ਗਿਣੀ ਪਈ ਉਹ ਵੀ ਲਾਗੂ ਹੋਣਗੀਆਂ ਆਉਣ ਵਾਲਾ ਸਮਾਂ ਦੱਸੂਗਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਸੈਸ਼ਨ ਤੋਂ ਕਿੰਨੀ ਰਾਹਤ ਮਿਲਦੀ ਹੈ ਕੈਮਰਾ ਪਰਤਨ ਪ੍ਰੀਤਮ ਸਿੰਘ ਦੇ ਨਾਲ ਆਸ਼ੂ ਨੇਜਾ ਲਿਬਰਲ ਟੀਵੀ ਚੰਡੀਗੜ੍ਹ